ਅੱਜ ਮਿਤੀ 16/7/24 ਨੂੰ ਅਰਲੀ ਮਾਰਨਿੰਗ ਕਰੀਬ 4 ਵਜੇ ਡਿਵੀਜ਼ਨ ਨੰਬਰ 4 ਦੇ ਵਿੱਚ ਇੱਕ ਇੰਸੀਡੈਂਟ ਰਿਪੋਰਟ ਹੋਇਆ ਸੀ ਕਿ BMC ਚੌਂਕ ਦੇ ਲਾਗੇ ਇੱਕ ਪੈਟਰੋਲ ਪੰਪ ਦੇ ਲਾਗੇ ਜਿਹੜੀ ਹੈਗੀ ਹੈ ਇੱਕ ਸਨੈਚਿੰਗ ਦੀ ਜਿਹੜੀ ਵਾਰਦਾਤ ਹੋਈ ਹੈ। ਤੋ ਉਸਦੇ ਸੰਬੰਧ ਦੇ ਵਿੱਚ ਜਿਹੜਾ ਹੈਗਾ ਡਿਊਟੀ ਅਫਸਰ SI ਸਰਜੀਤ ਸਿੰਘ ਜਿਹੜਾ ਹੈਗਾ ਉਹ ਮੌਕੇ ਤੇ ਗਿਆ ਸੀਗਾ। ਤੇ ਜਦੋਂ ਮੌਕੇ ਤੇ ਜਾ ਕੇ ਪਤਾ ਲੱਗਾ ਕਿ ਵੀ ਇਹ ਜਿਹੜਾ ਪ੍ਰੀਤਮ ਕੁਮਾਰ ਨਾਂ ਦਾ ਬੰਦਾ ਜਿਹੜਾ ਕਿ ਜੋਮੈਟੋ ਦੇ ਵਿੱਚ ਨੌਕਰੀ ਕਰਦਾ ਹੈ ਇਹਨੂੰ ਜਿਹੜਾ ਹੈਗਾ 3 ਮੋਟਰਸਾਈਕਲ ਸਵਾਰਾਂ ਨੇ ਰੋਕ ਕੇ ਇਹਦੇ ਕੋਲ ਜਿਹੜਾ ਮੋਬਾਈਲ ਫੋਨ ਖੋਲਿਆ ਸੀ ਇਹਦਾ ਮਿੰਟ ਹੈ। ਉਸੇ ਸਮੇਂ ਜਿਹੜੇ ਹੈਗੇ ਨੇ ਗਾਇਕਾ ਹੈਗੀ ਹੈ ਜੋਤੀ ਮੁੰਡਾ ਉਹ ਆਪਣੇ ਸਟਾਫ ਦੇ ਨਾਲ ਜਿਹੜਾ ਉੱਥੋਂ ਲਾਗੇ ਦੀ ਲੰਘ ਰਹੇ ਸੀਗੇ ਤਾਂ ਉਹ ਵੀ ਮਦਦ ਵਾਸਤੇ ਰੁਕੇ ਇਸ ਜੋਮੈਟੋ ਵਾਲੇ ਲੜਕੇ ਦੀ ਤਾਂ ਉਹਨਾਂ ਨੂੰ ਵੇਖ ਕੇ ਜਿਹੜੇ ਇਹ 3 ਮੋਟਰਸਾਈਕਲ ਸਵਾਰ ਹੈਗੇ ਨੇ ਇਹ ਉਹਦਾ ਮੋਬਾਈਲ ਸਨੈਚ ਕਰਕੇ ਭੱਜਣ ਲੱਗੇ ਤਾਂ ਨੂਰਾ ਸਿਸਟਰ ਦੇ ਜਿਹੜੇ ਸਟਾਫ ਹੈਗੇ ਆ ਉਹਨਾਂ ਨੇ ਇਹਨਾਂ ਨੂੰ ਮਗਰ ਗੱਡੀ ਲਾ ਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਨ੍ਹਾਂ ਦੇ ਵਿੱਚੋਂ ਐਂਟੀ ਸਪੋਟ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਮੁਲਜ਼ਮ ਐਪਰੀਹੈਂਸ਼ਨ ਹੋਈ ਆ ਉਹਦੀ ਤੇ 2 ਜਿਹੜੇ ਮੋਟਰਸਾਈਕਲ ਸਵਾਰ ਸੀਗੇ ਉਹ ਜਿਹੜਾ ਆਪਣਾ ਮੋਟਰਸਾਈਕਲ ਸੀਗਾ ਉਹ ਸੁੱਟ ਕੇ ਉਹ ਉੱਥੋਂ ਭੱਜ ਗਏ ਸੀਗੇ ਜੋ ਹੁਣ ਇਸੇ ਪੂਰੇ ਜਿਹੜਾ ਹੈਗਾ ਕੂਏ ਦੀ ਜਿਹੜੀ ਵੈਰੀਫਿਕੇਸ਼ਨ ਹੈ SHO ਡਿਵੀਜ਼ਨ 4 ਵੱਲੋਂ ਕੀਤੀ ਗਈ ਹੈ ਤੇ ਜਿਹੜਾ ਪ੍ਰੀਤਮ ਕੁਮਾਰ ਦਾ ਜਿਹੜਾ ਹੈਗਾ ਬਿਆਨ ਲਿਖਿਆ ਗਿਆ ਉਹਦੇ ਬਿਆਨ ਦੇ ਅਕੋਰਡਿੰਗਲੀ ਜਿਹੜਾ ਹੈਗਾ ਵਾ ਸੈਕਸ਼ਨ 307(3) BNS ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 4 ਦੇ ਵਿੱਚ ਜਿਹੜਾ ਹੈਗਾ ਇਹ ਮੁਕੱਦਮਾ ਜਿਹੜਾ ਹੈਗਾ ਜੀਤਾ ਵਗੈਰਾ ਦੇ ਜਿਹੜਾ ਸੀ ਖਿਲਾਫ ਇਹ ਮੁਕੱਦਮਾ ਦਰਜ ਕਰਨ ਲੱਗੇ ਆ ਕੀਤਾ ਜਾ ਰਿਹਾ। ਤੋ ਫਿਲਹਾਲ ਜਿਹੜਾ ਹੈਗਾ ਜਿਹੜੇ ਇਹਦੇ ਨਾਲ ਦੇ 2 ਹੈਗੇ ਨੇ ਹੋਰ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਹੈਗਾ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਅਪਰੀਸ਼ਨ ਵਾਸਤੇ ਜਿਹੜਾ ਹੈਗਾ ਪੁਲਿਸ ਪਾਰਟੀ ਜਿਹੜੀ ਹੈਗੀ ਆ ਉਹ ਅਸੀਂ ਰਵਾਨਾ ਕੀਤੀਆਂ ਹੋਈਆਂ ਨੇ। ਤੋ ਪ੍ਰੋਪਰਲੀ ਇਹਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਜਾਰੀ ਹੈਗੀ ਹੈ ਕਿ ਜਿਹੜਾ ਇਹ ਲੁਟਿੰਗ ਜਿਹੜੀ ਇਹਨਾਂ ਨੇ ਕੀਤੀ ਹੈਗੀ ਹੈ ਇਹ ਕਿੰਨੀ ਆ ਕਿ ਇਹਨਾਂ ਨੇ ਕੋਈ ਹੋਰ ਵਾਰਦਾਤਾਂ ਕੀਤੀਆਂ ਹੈਗੀਆਂ ਨੇ ਜਾਂ ਇਹ ਜਾਂ ਰਾਤ ਬਰਾਤੇ ਜਿਹੜੇ ਹੈਗੇ ਕੋਲੇ ਕੋਲੇ ਲੋਕਾਂ ਨੂੰ ਪ੍ਰੋਪਰ ਜਿਹੜਾ ਹੈਗਾ ਇੰਟਰਵੈਸ਼ਨ ਜਿਹੜੀ ਹੈਗੀ ਉਹ ਅਸੀਂ ਕਰਾਂਗੇ।